ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ, ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ DGP ਪੰਜਾਬ ਵੱਲੋਂ ਸਾਨੂੰ ਸਾਰੇ ਹੀ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਹੈ ਕਿ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ 'ਤੇ ਕੋਈ ਨਾ ਕੋਈ ਮੁਹਿੰਮ ਚੱਲਦੀ ਰਹੇ। ਇਸੇ ਤਰ੍ਹਾਂ ਹੀ ਖੰਨਾ ਪੁਲਿਸ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਡੀ ਟੀਮ ਨੂੰ ਇਸ ਵਾਰ ਵੀ ਸਕਸੈਸ ਮਿਲੀ ਹੈ, ਜਦੋਂ ਸਾਡੇ SPD ਸੌਰਵ ਜਿੰਦਲ ਉਹਨਾਂ ਦੀ ਸੁਪਰਵਿਜ਼ਨ 'ਚ DSPD ਸਿਕੰਦਰ ਰੰਧਾਵਾ ਔਰ ਸਾਡੇ ਇੰਚਾਰਜ CIA ਇੰਸਪੈਕਟਰ ਅਮਨ ਔਰ ਇਹਨਾਂ ਦੀ ਟੀਮ ਸਾਰੀ ਇਹਨਾਂ ਦੇ ਨਾਲ ਮਿਲ ਕੇ ਜਿਹੜੀ ਸਬ ਡਿਵੀਜ਼ਨ ਸਮਰਾਲਾ ਇਹਨਾਂ ਸਾਰਿਆਂ ਨੇ ਜੁਆਇੰਟ ਐਫਰਟ ਨਾਲ ਇੱਕ ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਸਾਨੂੰ 3 ਮੁਲਜ਼ਮਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਹੈ ਔਰ ਇਸ ਕੇਸ 'ਚ ਸਾਨੂੰ 14 ਇਲੀਗਲ ਅਸਲਿਆਂ ਦੀ ਬਰਾਮਦਗੀ ਹੋਈ ਹੈ। ਇਹਨਾਂ 'ਚੋਂ ਜਿਹੜੇ ਸਾਡੇ 3 ਦੋਸ਼ੀ ਹੈ ਉਹਨਾਂ 'ਚੋਂ ਇੱਕ ਮੱਧ ਪ੍ਰਦੇਸ਼, 2 ਦੋਸ਼ੀ ਮੱਧ ਪ੍ਰਦੇਸ਼ ਦੇ ਹੈ ਜਿਨ੍ਹਾਂ 'ਚੋਂ ਇੱਕ ਮੈਨੂਫੈਕਚਰ ਕਰਦਾ, ਮਤਲਬ ਆਪਣੇ ਘਰ 'ਚ ਹੀ ਇਹਨਾਂ ਦੀ ਅਸੈਂਬਲਿੰਗ ਕਰਦਾ ਵੈਪਨਸ ਦੀ। ਇਹਦੀ ਡਿਟੇਲ 'ਚ ਜੀ ਮੈਂ ਦੱਸਣਾ ਚਾਹਾਂਗੀ ਕਿ 29 ਜਨਵਰੀ ਨੂੰ ਸਾਡੀ ਸਮਰਾਲਾ ਥਾਣੇ ਦੀ ਪੁਲਿਸ ਪਾਰਟੀ ਅਰਾਊਂਡ ITI ਸਮਰਾਲਾ ਦੇ ਏਰੀਆ 'ਚ ਮੌਜੂਦ ਸੀ, ਜਦੋਂ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੰਟਰਸੈਪਟ ਕੀਤਾ ਅਤੇ ਉਹਨੇ ਜਦੋਂ ਉਹਨੂੰ ਪੁੱਛਿਆ ਗਿਆ ਉਹਦਾ ਨਾਮ ਵਗੈਰਾ, ਸੋ ਉਹਨੇ ਆਪਣਾ ਨਾਮ ਸਤਨਾਮ ਸਿੰਘ ਧਾਲੀਵਾਲ ਵਾਸੀ ਨਾਲਾਗੜ੍ਹ ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ ਅਤੇ ਜਦੋਂ ਦੀ ਤਲਾਸ਼ੀ ਲਈ ਗਈ ਉਹਦੇ ਤੋਂ ਸਾਨੂੰ ਇੱਕ ਪਿਸਤਲ, ਦੇਸੀ ਪਿਸਤਲ, 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਔਰ ਉਸ ਬਿਹਾਫ 'ਤੇ ਅਸੀਂ FIR ਨੰਬਰ 22 ਡੇਟਡ 29/1/2024 ਅੰਡਰ ਵੇਰੀਅਸ ਸੈਕਸ਼ਨ ਆਫ ਆਰਮਸ ਐਕਟ 25-54-59 ਆਰਮਸ ਐਕਟ ਥਾਣਾ ਸਮਰਾਲਾ 'ਚ ਦਰਜ ਕੀਤਾ ਸੀਗਾ। ਅਤੇ ਅੱਗੇ ਜਦੋਂ ਅਸੀਂ ਤਫਤੀਸ਼ ਕੀਤੀ ਉਸ ਦੋਸ਼ੀ ਦੀ ਪੁੱਛਗਿੱਛ 'ਚ ਪਤਾ ਲੱਗਿਆ ਕਿ ਪਿੱਛੋਂ ਜਦੋਂ ਅਸੀਂ ਬੈਕਵਰਡ ਲਿੰਕੇਜ ਵੱਲ ਗਏ ਅਤੇ ਉਹਨੇ ਦੱਸਿਆ ਕਿ ਇਹ ਜਿਹੜਾ ਪਿਸਟਲ ਹੈ ਉਹ ਇੱਕ ਇਕਬਾਲ ਸਿੰਘ ਵਾਸੀ ਗੰਦਵਾਨੀ ਥਾਣਾ ਗੰਦਵਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਉੱਥੋਂ ਲੈ ਕੇ ਆਇਆ ਅਤੇ ਅਸੀਂ ਇਸਨੂੰ ਨੋਮੀਨੇਟ ਕਰ ਲਿਆ ਅਤੇ ਸਾਡੀ ਜਿਹੜੀ CIA ਦੀ ਸਪੈਸ਼ਲ ਟੀਮ ਅਸੀਂ ਟੂ ਪ੍ਰੋਪਰ ਪ੍ਰੋਸੀਜਰ ਉੱਤੇ ਡਿਸਪੈਚ ਕੀਤੀ ਮੱਧ ਪ੍ਰਦੇਸ਼ ਇਹਨੂੰ ਰਾਊਂਡ ਅਪ ਕਰਨ ਲਈ ਅਤੇ ਉੱਥੇ ਸਾਨੂੰ ਇਹ ਇਕਬਾਲ ਸਿੰਘ ਸਾਡੀ CIA ਟੀਮ ਨੂੰ ਲੱਗ ਗਿਆ ਔਰ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਅਤੇ ਉਹਦੇ ਪਾਸੋਂ ਸਾਨੂੰ 6 ਪਿਸਟਲ 32 ਬੋਰ ਔਰ 1 ਪਿਸਟਲ 30 ਬੋਰ ਦਾ ਰਿਕਵਰ ਹੋਇਆ। ਅਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਇਕਬਾਲ ਹੈ ਇਹ ਉੱਥੇ ਅਸਲਾ ਬਣਾਉਣ ਦਾ ਕੰਮ ਕਰਦਾ, ਮਤਲਬ ਹੀ ਇਜ਼ ਅਸੈਂਬਲਿੰਗ ਆਲ ਦੀਜ਼ ਵੈਪਨਸ ਇਨ ਸੈਲ। ਅਤੇ ਇਹ ਵੀ ਪਤਾ ਲੱਗਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਮੱਧ ਪ੍ਰਦੇਸ਼ 'ਚ ਕਾਫੀ ਸਾਰੇ ਅਸਲਾ ਐਕਟ ਦੇ FIR ਲੌਜਡ ਹੈ। ਔਰ ਉਸ ਤੋਂ ਬਾਅਦ ਦੌਰਾਨ ਤਫਤੀਸ਼ ਨੇ ਇਹ ਵੀ ਦੱਸਿਆ ਕਿ ਇਸ ਤੋਂ ਫਿਰ ਅਸੀਂ ਪੁੱਛਿਆ ਵੀ ਕਿਹਨੂੰ ਕਿਹਨੂੰ ਤੂੰ ਸਪਲਾਈ ਕੀਤਾ ਅਤੇ ਇਹਨੇ ਪੁੱਛਗਿੱਛ 'ਚ ਇੱਕ ਹੋਰ ਬੰਦੇ ਦਾ ਨਾਂ ਲਿਆ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਆਕਾਸ਼ ਡਾਵਰ ਵਾਸੀ ਪਿਛੋਲਾ ਜ਼ਿਲ੍ਹਾ ਬਡਵਾਨੀ ਥਾਣਾ ਸਟੇਟ ਮੱਧ ਪ੍ਰਦੇਸ਼ ਇਹ ਰੀਸੈਂਟਲੀ ਇਹਦੇ ਤੋਂ 6 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ। ਸੋ ਸਾਡੀ ਟੀਮ ਨੇ ਉਹਨੂੰ ਵੀ ਨੋਮੀਨੇਟ ਕਰਕੇ ਉਹਦੇ ਉਹਨੂੰ ਵੀ ਅਰੈਸਟ ਕੀਤਾ ਅਤੇ ਉਸ ਪਾਸੋਂ 5 ਪਿਸਟਲ 32 ਬੋਰ ਔਰ 1 ਪਿਸਟਲ 30 ਬੋਰ ਦੀ ਬਰਾਮਦ ਹੋਈ ਹੈ। ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ 'ਚ 1+1+13 14 ਵੈਪਨਸ ਦੀ ਰਿਕਵਰੀ ਹੋਈ ਹੈ, ਜੋ ਕਿ ਓਬਵੀਅਸਲੀ ਜਿਹੜੇ ਇਲੀਗਲ ਵੈਪਨ ਹੈ ਉਹ ਕਿਸੇ ਕ੍ਰਾਈਮ ਦੇ ਮੰਤਵ ਲਈ ਹੀ ਬਣਦੇ ਹੈਗੇ। ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਐਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਇੱਕ ਕਈ ਤਰ੍ਹਾਂ ਦੇ ਵੱਡੇ ਕ੍ਰਾਈਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਵੈਂਟ ਕੀਤਾ। ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਹਦੇ 'ਤੇ ਜੀ ਪਹਿਲਾਂ 9 ਪਰਚੇ ਦਰਜ ਹੈਗੇ। ਇਹ 32 ਸਾਲ ਦਾ ਹੈਗਾ ਅਤੇ ਲੇਬਰ ਦਾ ਕੰਮ ਕਰਦਾ, ਬਟ ਇਹਦੇ 'ਤੇ ਪਹਿਲਾਂ ਲੜਾਈ ਝਗੜੇ ਦੇ 7 ਜੋ ਸਾਨੂੰ ਪਤਾ ਲੱਗਿਆ ਔਰ 2 ਮੁਕੱਦਮੇ NDPS ਦੇ ਹਿਮਾਚਲ ਪ੍ਰਦੇਸ਼ 'ਚ ਦਰਜ ਹੈ ਅਤੇ ਇਕਬਾਲ ਸਿੰਘ 'ਤੇ ਮੱਧ ਪ੍ਰਦੇਸ਼ 'ਚ ਅਰਾਊਂਡ 4 ਮੁਕੱਦਮੇ ਦਰਜ ਹੈ ਅਸਲਾ ਐਕਟ ਦੇ। ਔਰ ਇਨਫੈਕਟ ਇਹਦਾ ਇੱਕ ਮਰਡਰ ਦੇ ਕੇਸ 'ਚ 120B ਦਾ ਜੋ ਪ੍ਰਿਲੀਮਿਨਰੀ ਪਤਾ ਲੱਗਿਆ ਉਹਦੇ 'ਚ ਵੀ ਨਾਮਜ਼ਦ ਹੈ।
ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਚੋਂ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ। ਸੀ ਹਲੇ ਤਾਂ ਇਟਸ ਟੂ ਅਰਲੀ ਫੋਰ ਮੀ ਟੂ ਟੈਲ, ਬਟ ਕਿਉਂਕਿ ਇਹ ਜਿਹੜਾ ਇਕਬਾਲ ਹੈਗਾ ਇਹਦੀ ਇੱਕ ਤਾਂ ਇਹ ਆਪ ਹੀ ਬਣਾਉਂਦਾ ਹੈ, ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ, ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਹੱਦ ਤੱਕ ਅੱਗੇ ਚਲੇ ਜਾਣੇ ਆ, ਬਟ ਸਿੰਸ ਇਲੀਗਲ ਵੈਪਨ ਹੈ ਤਾਂ ਡੈਫੀਨੇਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ। ਸੋ ਅਗਰ ਕੋਈ ਵੱਡਾ ਇਸ ਤੋਂ ਪਤਾ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਇਹਨਾਂ ਦਾ ਲਵਾਂਗੇ, ਉਹਦੇ 'ਚ ਪਤਾ ਲੱਗੇਗਾ ਕਿੱਥੇ ਜਾਣਾ ਸੀ। ਆਪਸੀ ਮੇਲ ਕਿਸ ਤਰ੍ਹਾਂ ਹੋਏਗੀ ਹਿਮਾਚਲ ਦਾ ਰਹਿਣ ਵਾਲਾ ਪ੍ਰਣਾਮ ਸਿੰਘ ਜੀ ਨੂੰ ਸਪਲਾਈ ਕਰਨ ਲਈ ਭੇਜਿਆ ਜਾਵੇਗਾ? ਸੀ ਲਾਈਕ ਮੈਂ ਹਰਬਰੀ ਕਹਿੰਦੀ ਹਾਂ, ਅੱਜ ਕੱਲ੍ਹ ਇਟ ਇਜ਼ ਵੈਰੀ ਈਜ਼ੀ ਔਨ ਸੋਸ਼ਲ ਮੀਡੀਆ ਅਤੇ ਆਪਣੇ ਫੋਨਸ ਦੇ ਥਰੂ ਵੀ ਅੱਜ ਕੱਲ੍ਹ ਇਹਨਾਂ ਦੇ ਜ਼ਿਆਦਾ ਕਨੈਕਸ਼ਨ ਬਣਦੇ, ਇੱਕ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਵੀ ਕਿਹੜਾ ਸਪਲਾਈ ਕਰਦਾ, ਕਿਹੜਾ ਮੈਨੂਫੈਕਚਰਰ ਹੈ। ਹੁਣ ਤੱਕ ਸਾਨੂੰ ਇਹੀ ਪਤਾ ਲੱਗਿਆ ਕਿ ਥਰੂ ਦੈਟ ਓਨਲੀ ਇਹਨਾਂ ਦਾ ਆਪਸ 'ਚ ਮੇਲ ਮਿਲਾਪ ਹੋਇਆ। ਹਾਲੇ ਤੱਕ ਜੀ, ਹਾਲੇ ਤੱਕ ਕੋਈ ਅਦਰ ਕੀ ਪੰਜਾਬ ਨੂੰ ਕਿਉਂ ਚੁਣਦੇ? ਬੇਸਿਕਲੀ ਅਸੀਂ ਤਾਂ ਇੱਥੇ ਪੰਜਾਬ 'ਚ ਬੈਠੇ ਤਾਂ ਅਸੀਂ ਤਾਂ ਮਤਲਬ ਆਈਕਨ ਪਿੰਨ ਪੁਆਇੰਟ ਹੈ, ਹਰਿਆਣਾ ਟ੍ਰਾਈ ਸਿਟੀ 'ਚ ਵੀ ਹੋ ਸਕਦਾ, ਹੋਰ ਸਟੇਟਸ 'ਚ ਵੀ ਹੋ ਸਕਦਾ, ਬਟ ਸਾਡੀ ਡਿਊਟੀ ਹੈ ਕਿ ਆਪਣੇ ਏਰੀਆ ਨੂੰ ਜਿੰਨਾ ਅਸੀਂ ਪ੍ਰੀਵੈਂਟ ਕਰ ਸਕਦੇ ਕ੍ਰਾਈਮ ਹੋਣ ਤੋਂ। ਇਸ ਕਰਕੇ ਆਈ ਡੋਂਟ ਵਾਂਟ ਟੂ ਕਮੈਂਟ ਕਿ ਪੰਜਾਬ ਨੂੰ ਵੀ ਕਿਉਂ ਚੁਣਦੇ। ਮਰਡਰ ਕੇਸ ਵੀ ਕਿਹੜਾ ਹੈ ਅਪਰਾਧ ਜੀ ਇਹਦੇ 'ਚ? ਆਈ ਥਿੰਕ ਇਹ ਮਰਡਰ ਕੇਸ ਦਾ ਮਰਡਰਰ ਨਹੀਂ ਹੈ ਜੋ ਹੁਣ ਤੱਕ ਪਤਾ ਲੱਗੇ, ਜਿੱਦਾਂ ਕ੍ਰਿਮੀਨਲ ਕੌਨਸਪੀਰੇਸੀ 'ਚ ਇਹਨੂੰ ਨਾਮਜ਼ਦ ਕੀਤਾ ਗਿਆ, ਬਟ ਕੋਈ ਵਾਂਟਡ ਨਹੀਂ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ। ਕਈ ਵਾਰੀ ਹੁੰਦਾ ਹੈ ਕਿ ਜਿਵੇਂ ਇਹਨਾਂ ਦੇ ਵੈਪਨਸ ਦੀ ਬਹੁਤ ਜ਼ਿਆਦਾ ਪ੍ਰਾਈਸ ਵੀ ਨਹੀਂ ਹੁੰਦੀ, ਔਰ ਇੰਨੀ ਈਜ਼ੀਲੀ ਇਹ ਕਿਉਂਕਿ ਮੈਨੂਫੈਕਚਰ ਕਰਕੇ ਵੇਚ ਦਿੰਦੇ ਆ, ਤਾਂ ਅੱਗੇ ਵੇਚਣ ਲਈ ਇੱਕ ਪ੍ਰੋਫਿਟ ਮੋਟਿਵ ਵੀ ਹੁੰਦਾ ਹੈ, ਔਰ ਕਈ ਕਈ ਜਗ੍ਹਾ ਅੱਗੇ ਜਾਣੇ ਹੁਣ ਉਹ ਅਸੀਂ ਪਤਾ ਕਰਾਵਾਂਗੇ। ਸੋ ਬਟ ਜਿੱਥੇ ਵੀ ਜਾਣਾ ਸੀਗਾ ਹੁਣ ਤੱਕ ਤਾਂ ਇਹਨਾਂ ਦਾ ਇਹਨਾਂ ਵੈਪਨਸ ਨਾਲ ਤਾਂ ਐਟਲੀਸਟ ਕ੍ਰਾਈਮ ਪ੍ਰੀਵੈਂਟ ਹੋ ਗਿਆ, ਪ੍ਰੀਐਮਟ ਹੋ ਗਿਆ ਇਹਨਾਂ ਦਾ।